ਸਾਰਿਆਂ ਦੇ ਦਿਲ ਇੱਕੋ ਜਿਹੇ ਨਹੀਂ ਹੁੰਦੇ ਅਤੇ ਸਾਰੇ ਇਨਸਾਨ ਚੰਗੇ ਨਹੀਂ ਹੁੰਦੇ ਅਤੇ ਸਾਰੇ ਇਨਸਾਨ ਬੁਰੇ ਨਹੀਂ ਹੁੰਦੇ। ਪਰ ਜਦੋਂ ਵੀ ਕੋਈ ਮਾੜੀ ਖਬਰ ਆਪਾਂ ਸੁਣਦੇ ਹਾਂ ਤਾਂ ਆਪਣੇ ਮੂੰਹ ਦੇ ਵਿੱਚੋਂ ਵਾਹਿਗੁਰੂ ਵਰਡ ਜ਼ਰੂਰ ਨਿਕਲਦਾ ਹੈ, ਕਿਉਂਕਿ ਆਪਾਂ ਕਹਿੰਦੇ ਹਾਂ ਕਿ ਪਰਮਾਤਮਾ ਭਲਾ ਕਰੇ। ਅਤੇ ਸੇਮ ਟੂ ਸੇਮ ਐਵੇਂ ਦਾ ਹੀ ਇੱਕ ਹੋਰ ਪੰਜਾਬੀ ਕੁੜੀ ਦੇ ਨਾਲ ਹੋਇਆ, ਜੋ ਕਿ ਪੰਜਾਬ ਦੇ ਇੱਕ ਜ਼ਿਲ੍ਹੇ ਤੋਂ ਬਿਲੋਂਗ ਕਰਦੀ ਸੀ, ਜਿਸ ਦਾ ਨਾਮ ਮਨਪ੍ਰੀਤ ਕੌਰ ਸੀ। ਇਹਨਾਂ ਦੇ ਘਰ ਖੁਸ਼ੀਆਂ ਚੱਲ ਆਉਣ ਰਹੀਆਂ ਸੀ, ਖੁਸ਼ੀਆਂ ਦੀ ਪੂਰੀ ਵਰਖਾ ਹੋ ਰਹੀ ਸੀ ਅਤੇ ਕੁੜੀ ਦੇ ਆਉਣ ਦਾ ਸਾਰਿਆਂ ਨੂੰ ਚਾਅ ਸੀ। ਕੁੜੀ ਨੇ ਆਪਣੇ ਟੈਚੀ ਪੈਕ ਕੀਤੇ, ਆਪਣੇ ਪੈਕਿੰਗ ਕਰਕੇ ਏਅਰਪੋਰਟ ਨੂੰ ਨਿਕਲੀ। ਏਅਰਪੋਰਟ ਤੋਂ ਨਿਕਲਦੇ ਸਾਰ ਹੀ ਉਹਨੇ ਆਪਣੀ ਇਮੀਗ੍ਰੇਸ਼ਨ ਵੀ ਚੈੱਕ ਕਰਵਾਈ। ਉਹਨਾਂ ਨੇ ਆਪਣੇ ਜੋ ਡਾਕੂਮੈਂਟ ਬਣਦੇ ਸੀ ਉਹ ਸਾਰਾ ਪ੍ਰੋਸੈਸ ਕੰਪਲੀਟ ਕਰਾਉਣ ਤੋਂ ਬਾਅਦ ਬੋਰਡਿੰਗ ਪਾਸ ਲੈ ਕੇ ਆਪਣੇ ਜਹਾਜ਼ ਵੱਲ ਨੂੰ ਰਵਾਨਾ ਹੋਈ। ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਉਸੇ ਜਹਾਜ਼ ਦੇ ਵਿੱਚ ਹੀ ਉਸਦੀ, ਜਦੋਂ ਉਹ ਉਡਾਨ ਭਰੂਗਾ, ਉਸਦੀ ਮੌਤ ਹੋ ਜਾਵੇਗੀ। ਕੁੜੀ ਮਨਪ੍ਰੀਤ ਕੌਰ ਜਦੋਂ ਜਹਾਜ਼ ਦੇ ਵਿੱਚ ਬਹਿੰਦੀ ਆ, ਆਪਣੀ ਸੀਟ ਬੈਲਟ ਵਗੈਰਾ ਲਗਾਉਂਦੀ ਹੈ ਅਤੇ ਉਹ ਨੀਚੇ ਗਿਰ ਜਾਂਦੀ ਹੈ। ਅਤੇ ਡਾਕਟਰਾਂ ਦੇ ਮੁਤਾਬਿਕ ਉਸਨੂੰ ਹਾਰਟ ਅਟੈਕ ਆਇਆ ਸੀ, ਜਿਸ ਦੀ ਵਜ੍ਹਾ ਦੇ ਨਾਲ ਉਸਦੀ ਡੈਥ ਹੋ ਗਈ। ਇਹ ਕੁੜੀ ਆਸਟ੍ਰੇਲੀਆ ਤੋਂ ਵਾਪਸ ਆ ਰਹੀ ਸੀ, ਆਪਣੇ ਵਤਨ ਆਪਣੇ ਘਰ ਵਾਪਸ ਆ ਰਹੀ ਸੀ, ਜਿਸਦਾ ਨਾਮ ਮਨਪ੍ਰੀਤ ਕੌਰ ਸੀ। 4 ਸਾਲ ਪਹਿਲਾਂ ਇਹ ਸਟੱਡੀ ਵੀਜ਼ੇ ਦੇ ਉੱਤੇ ਆਸਟ੍ਰੇਲੀਆ ਗਈ ਸੀ। 4 ਸਾਲ ਸਟੱਡੀ ਵੀਜ਼ੇ ਦੇ ਉੱਤੇ ਉਸਨੇ ਸਟੱਡੀ ਆਪਣੀ ਕੰਪਲੀਟ ਕਰਨ ਤੋਂ ਬਾਅਦ ਆਪਣੇ ਵਤਨ ਆਪਣੇ ਪੇਰੈਂਟਸ ਨੂੰ ਭੈਣਾਂ ਅਤੇ ਭਰਾਵਾਂ ਨੂੰ ਮਿਲਣ ਬਾਰੇ ਥਿੰਕ ਅਬਾਊਟ ਕੀਤਾ, ਮਤਲਬ ਉਸ ਬਾਰੇ ਸੋਚਿਆ ਅਤੇ ਵਾਪਸ ਆਉਣ ਦੀ ਤਿਆਰੀ ਕੀਤੀ। ਪਰ ਉਹਦਾ ਇਹ ਸੋਚਣਾ ਉਸ ਨੂੰ ਮੌਤ ਦੇ ਰਾਹ ਵੱਲ ਲੈ ਗਿਆ ਅਤੇ ਉਸਦੀ ਏਅਰਪੋਰਟ ਦੇ ਉੱਤੇ ਜਹਾਜ਼ ਦੇ ਵਿੱਚ ਸੀਟ ਬੈਲਟ ਲਾਉਂਦੇ ਟਾਈਮ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ। ਅਤੇ ਜਦੋਂ ਇਹ ਖਬਰ ਉਹਦੇ ਘਰਦਿਆਂ ਨੂੰ ਦਿੱਤੀ ਗਈ ਤਾਂ ਘਰਦੇ ਖੁਸ਼ੀਆਂ ਦੀ ਜਗ੍ਹਾ ਕਹਿੰਦੇ ਨੇ ਕਿ ਘਰਾਂ ਦੇ ਵਿੱਚ ਤਰਪਾਲ ਵਿਛ ਗਏ ਅਤੇ ਕਾਫੀ ਜ਼ਿਆਦਾ ਸੋਗ ਉਹਨਾਂ ਦੁਆਰਾ ਮਨਾਇਆ ਗਿਆ। ਅਤੇ ਤੁਸੀਂ ਵੀ ਕਮੈਂਟ ਬਾਕਸ ਵਿੱਚ ਜਾ ਕੇ ਉਹਦੀ ਆਤਮਾ ਦੀ ਸ਼ਾਂਤੀ ਲਈ ਵਾਹਿਗੁਰੂ ਜ਼ਰੂਰ ਲਿਖਿਓ। ਅਤੇ ਰੱਬ ਕਰਕੇ ਇਹੋ ਜਿਹਾ ਭਾਣਾ ਕਿਸੇ ਵੀ ਭੈਣ ਜਾਂ ਕਿਸੇ ਵੀ ਭਰਾ ਜਾਂ ਕਿਸੇ ਵੀ ਬੇਟੀ ਜਾਂ ਬੇਟੀ ਦੇ ਨਾਲ ਨਾ ਵਾਪਰੇ, ਆਪਾਂ ਇਹ ਵੀ ਅਰਦਾਸ ਕਰਦੇ ਹਾਂ, ਕਿਉਂਕਿ ਆਪਾਂ ਇਸ ਚੈਨਲ ਦੇ ਉੱਤੇ ਹਮੇਸ਼ਾ ਹੀ ਸਟੂਡੈਂਟ ਦੀ ਸਪੋਰਟ ਕਰਦੇ ਹਾਂ। ਲੋਕਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਆਪਾਂ ਉਹਨਾਂ ਦੀ ਬਿਲਕੁਲ ਫ੍ਰੀ ਆਫ ਕੋਸਟ ਮਦਦ ਕਰਦੇ ਹਾਂ। ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ, ਜੇ ਤੁਹਾਡੀ ਕੋਈ ਇਨਕੁਆਇਰੀ ਹੈ ਤਾਂ ਤੁਸੀਂ ਸਾਨੂੰ ਪੁੱਛ ਸਕਦੇ ਹੋ।